ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਸਭ ਨੂੰ ਪਤਾ ਕਿ ਅੱਜ ਕਰਾਚੀ ਤੋਂ ਇੱਕ ਨਗਰ ਕੀਰਤਨ ਟ੍ਰੇਨ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਵਾਸਤੇ ਆ ਰਹੇ ਨੇ ਅਤੇ ਉਹ ਤਕਰੀਬਨ ਬਸ ਪਹੁੰਚਣ ਹੀ ਵਾਲੀ ਹੈ ਅਤੇ ਨਨਕਾਣਾ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਕੱਠੀਆਂ ਹੋਈਆਂ ਨੇ ਨਗਰ ਕੀਰਤਨ ਜਲੂਸ ਦੇ ਵੈਲਕਮ ਵਾਸਤੇ। ਸਿਕਿਉਰਿਟੀ ਦੇ ਸਖ਼ਤ ਤਰੀਨ ਇੰਤਜ਼ਾਮਾਤ ਕੀਤੇ ਗਏ ਨੇ। ਸਾਧ ਸੰਗਤ ਜੀ, ਟ੍ਰੇਨ ਜਿਹੜੀ ਹੈ ਉਹ ਆ ਗਈ ਹੈ। ਸ਼ੇਅਰ ਕਰੋ ਜੀ ਵੱਧ ਤੋਂ ਵੱਧ। ਸਾਧ ਸੰਗਤ ਜੀ, ਟ੍ਰੇਨ ਜਿਹੜੀ ਹੈ ਕਰਾਚੀ ਤੋਂ ਨਗਰ ਕੀਰਤਨ ਦੇ ਨਾਲ ਨਨਕਾਣਾ ਸਾਹਿਬ ਪਹੁੰਚ ਗਈ ਹੈ। ਨਗਰ ਕੀਰਤਨ ਵਾਲੀ ਟ੍ਰੇਨ ਜਿਹੜੀ ਹੈ ਜੀ ਗੁਰਦੁਆਰਾ ਨਨਕਾਣਾ ਸਾਹਿਬ ਵਾਸਤੇ ਸਟੇਸ਼ਨ 'ਤੇ ਪਹੁੰਚ ਗਈ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੰਧ ਵਾਸੀ ਸੰਗਤਾਂ ਸਿੰਧ ਬਲੋਚਿਸਤਾਨ ਪੂਰੇ ਪਾਕਿਸਤਾਨ ਤੋਂ ਪੂਰੀ ਦੁਨੀਆ ਤੋਂ ਨਨਕਾਣਾ ਸਾਹਿਬ ਦੇ ਪਵਿੱਤਰ ਤਰ ਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਗੌਰਮੈਂਟ ਆਫ ਪਾਕਿਸਤਾਨ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਧਰਤੀ ਤੇ ਦਿਲ ਦੀ ਗਹਿਰਾਈਆਂ ਤੋਂ ਜੀਆਂ ਆਖਦੇ ਹਾਂ ਜੀ। ਮੈਂ ਜਿਹੜੀਆਂ ਸੰਗਤਾਂ ਵਿਸ਼ੇਸ਼ ਤੌਰ ਤੇ ਸਿੰਧ ਦੀ ਗੱਲ ਕਰਾਂਗਾ ਬਲੋਚਿਸਤਾਨ ਦੀ, ਜਿਹੜਾ ਇੰਨੇ ਵੱਡੇ ਪੱਧਰ ਦੇ ਉੱਤੇ ਇਹਨਾਂ ਮਹਾਨ ਨਗਰ ਕੀਰਤਨ ਦਾ ਪ੍ਰਬੰਧ ਕਰਕੇ ਇਹ ਵਧਾਈ ਦੇ ਪਾਤਰ ਹਨ। ਅਸੀਂ ਇਹਨਾਂ ਦਾ ਇਹ ਯਾਦ ਦਹਾਨੀ, ਇਹ ਇਹਨਾਂ ਨੂੰ ਇਹ ਯਕੀਨ ਦਹਾਨੀ ਕਰਾਉਣਾ ਚਾਹੁੰਦੇ ਹਾਂ ਕਿ ਜੋ ਇਹਨਾਂ ਨੇ ਉਪਰਾਲਾ ਕੀਤਾ ਹੈ ਇਹ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਲਫ਼ਜ਼ਾਂ ਨਾਲ ਲਿਖਿਆ ਜਾਏਗਾ। ਮੈਂ ਸਰਦਾਰ ਰਮੇਸ਼ ਸਿੰਘ ਖਾਲਸਾ, ਉਹਨਾਂ ਦੀ ਸਮੂਹ ਟੀਮ, ਸਮੂਹ ਜਥੇਦਾਰ, ਸੇਵਾਦਾਰ, ਉਹਨਾਂ ਨੂੰ ਵਧਾਈ ਪੇਸ਼ ਕਰਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ 550 ਸਾਲਾ ਗੁਰਪੁਰਬ ਨੂੰ ਇਸ ਤਰੀਕੇ ਦਾ ਮਨਾਉਣਾ ਕਰਕੇ ਇਹ ਪਾਕਿਸਤਾਨ ਦੀ ਤਹਿਰੀਕ ਦੇ ਵਿੱਚ ਔਰ ਸਿੱਖ ਹਿਸਟਰੀ ਦੇ ਵਿੱਚ ਇਹ ਪਹਿਲੀ ਦਫ਼ਾ ਹੋਇਆ ਹੈ ਕਿ ਸੰਗਤਾਂ ਇਹਨੇ ਹੋਮ ਹੋਮ ਆ ਕੇ ਨਗਰ ਕੀਰਤਨ ਰੂਪ ਦੇ ਵਿੱਚ ਨਨਕਾਣਾ ਸਾਹਿਬ ਪਹੁੰਚੀਆਂ ਹਨ। ਮੈਂ ਨਾਲੋ ਨਾਲ ਭਾਈ ਸਾਹਿਬ ਭਾਈ ਅਨਵਰ ਲਾਲ ਜਿਹੜੇ ਸੈਂਟਰ ਨੇ ਉਹਨਾਂ ਦਾ ਵੀ ਉਹਨਾਂ ਦਾ ਬਹੁਤ ਸਹਿਯੋਗ ਹੈ। ਗੁਰੂ ਮਹਾਰਾਜ ਉਹਨਾਂ ਦੀ ਸੇਵਾ ਲੇਖੇ ਲਾਵੇ। ਸਮੂਹ ਸੰਗਤਾਂ ਜਿਹੜੀਆਂ ਦੋ ਦਰੇੜੀਆਂ ਤੋਂ ਆਈਆਂ ਹਨ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਲੱਖ ਵਧਾਈਆਂ ਹੋਣ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਹੁਤ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਆ ਰਹੀਆਂ ਨੇ। ਜਿਹੜੀਆਂ ਸੰਗਤਾਂ ਰਸਤੇ 'ਚ ਨੇ ਉਹ ਕਿਰਪਾ ਕਰਕੇ ਥੋੜ੍ਹਾ ਥੋੜ੍ਹਾ ਸਾਈਡ 'ਤੇ ਹੋ, ਮਹਾਰਾਜ ਜੀ ਦੇ ਦਰਸ਼ਨ ਕਰ ਸਕਣ। ਰਸਤੇ ਵਿੱਚ ਜਿੱਦਾਂ ਮੱਥਾ ਟੇਕਣ ਵਾਲੀ ਜਗ੍ਹਾ ਨੂੰ ਜਿਹੜਾ ਉਹ ਖਾਲੀ ਕੀਤਾ ਜਾਵੇ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਪਾਕਿਸਤਾਨ ਸਿੱਖ ਕੌਂਸਲ ਸਰਦਾਰ ਰਮੇਸ਼ ਸਿੰਘ ਜੀ ਖਾਲਸਾ ਸਰਬੱਤ ਦਾ ਭਲਾ ਜੱਥਾ ਔਰ ਗੁਰੂ ਨਾਨਕ ਦਰਬਾਰ ਕਰਾਚੀ ਦੀਆਂ ਸਮੂਹ ਸੰਗਤਾਂ, ਸਿੰਧ ਦੀਆਂ ਸੰਗਤਾਂ, ਬਲੋਚਿਸਤਾਨ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਨਕਾਣਾ ਸਾਹਿਬ ਵਿਖੇ ਪਹੁੰਚੀਆਂ ਨੇ। ਹੁਣ ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਆਏ ਨੇ। ਜਿਹੜੀਆਂ ਸੰਗਤਾਂ ਬੈਠੀਆਂ ਨੇ ਉਹਨਾਂ ਚਰਨਾਂ 'ਚ ਬੇਨਤੀ ਹੈ ਗੁਰੂ ਦੇ ਪੰਜਾਂ ਪਿਆਰਿਆਂ ਦੇ ਸਤਿਕਾਰ ਨੂੰ ਮੁੱਖ ਰੱਖਦੀਆਂ ਹੋਈਆਂ ਖੜੇ ਹੋਣ ਦੀ ਕਿਰਪਾਲਤਾ ਕਰਨ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ।
ਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਬਾਲ ਸੰਗਤਾਂ ਉਹਦੇ ਨਾਲ ਨਾਲ ਹੀ ਸਿਕਿਉਰਟੀ ਅਦਾਰੇ ਵੀ ਜਿਸ ਰੋਡ ਤੋਂ ਨਗਰ ਕੀਰਤਨ ਸਾਹਿਬ ਦੀ ਪਾਲਕੀ ਨੇ ਵੀ ਵਾਪਸ ਜਾਣੀ ਹੈ ਉਸ ਰੋਡ ਨੂੰ ਵੀ ਕਲੀਅਰ ਕਰ ਰਹੇ ਨੇ ਅਤੇ ਜਿਵੇਂ ਹੀ ਬਾਹਰੋਂ ਇਤਲਾਹ ਮਿਲਦੀ ਹੈ ਉਹਦੇ ਨਾਲ ਹੀ ਅਰਦਾਸਾ ਸੋਧਿਆ ਜਾਏਗਾ। ਜਦੋਂ ਤੱਕ ਬਾਹਰੋਂ ਜਿਹੜੀਆਂ ਸੰਗਤਾਂ ਮੱਥਾ ਟੇਕ ਰਹੀਆਂ ਨੇ ਉਹ ਕਿਰਪਾ ਕਰਕੇ ਔਰ ਬਾਹਰ ਵੀ ਜਿਹੜੀਆਂ ਸੰਗਤਾਂ ਇਸ ਆਵਾਜ਼ ਨੂੰ ਸੁਣ ਰਹੀਆਂ ਨੇ ਉਹਨਾਂ ਦੇ ਚੰਨਾਂ 'ਚ ਬੇਨਤੀ ਹੈ ਕਿ ਉਹ ਗੱਲਾਂ ਬਾਤਾਂ ਬੰਦ ਕਰਕੇ ਦੋਵੇਂ ਹੱਥ ਜੋੜ ਕੇ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਟੂਟਾ ਕੋਰ ਤੁਮ ਪੈਰ ਦਾਸ ਮਾਤ ਪਿਤਾ ਹਮ ਬਾਲਕ ਤੇਰੇ ਵਡਿਆਈ ਕੋਈ ਨਾਮ ਨ ਜਾਣੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ।